ਮੰਮੀ ਵੀਰਾ ਕਿੱਥੇ ਆ? ਮੈਨੂੰ ਰੋਜ਼ ਲੇਟ ਕਰਵਾ ਦਿੰਦਾ ਗਾ। ਨੀ ਕਾਹਨੂੰ ਲੇਟ ਕਰਾਉਂਦਾ, ਆ ਜਾਂਦਾ ਨਾਲੇ। ਕਦੇ ਉਹ ਲੇਟ ਹੋਇਆ ਨਾ, ਟਾਈਮ ਤੇ ਲੈ ਕੇ ਜਾਂਦਾ ਜਮਾ ਤੈਨੂੰ। ਕੋਈ ਟਾਈਮ ਤੇ ਨਹੀਂ ਲੈ ਕੇ ਜਾਂਦਾ ਹੈਗਾ ਮੈਮ, ਪਤਾ ਮੈਨੂੰ ਕਿੰਨਾ ਬੋਲਦੇ ਨੇ। ਕੋਈ ਨਾ, ਫਿਰ ਆ ਜਾਂਦਾ, ਇੰਨਾ ਤਾਂ ਤੂੰ ਕੱਲ ਕਰ ਲੈ। ਆ ਗਿਆ, ਹੋ ਗਈ ਪ੍ਰੀਤ ਤਿਆਰ ਤੂੰ? ਚੱਲ ਆ ਜਾ, ਤੈਨੂੰ ਛੱਡ ਕੇ ਆਵਾਂ ਫਿਰ। ਮੈਂ ਤਾਂ ਵੀਰੇ ਤਿਆਰ ਆ, ਪਰ ਤੁਸੀਂ ਲੇਟ ਹੋ। ਮੈਂ ਲੇਟ ਹੋ ਸਕਦਾ ਪਹਿਲਾਂ? ਤੂੰ ਟਾਈਮ ਤਾਂ ਚੈੱਕ ਕਰ ਲਾ, ਟਾਈਮ ਤੇ ਆਇਆ ਮੈਂ। ਚੱਲ ਛੱਡੋ, ਪਹਿਲਾਂ ਇੱਥੇ ਬੈਠੋ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਹੁਣ ਤਾਂ ਅੱਗ ਮਚਾ ਰੱਖੀ ਸੀ, ਵੀਰਾ ਲੇਟ ਹੁੰਦਾ ਮੈਨੂੰ ਲੇਟ ਕਰਾਊਗਾ, ਤੇ ਹੁਣ ਕੀ ਗੱਲ ਕਰਨੀ ਆ ਤੈਂ? ਮੰਮੀ ਮੈਂ ਵੀਰੇ ਨਾਲ ਗੱਲ ਕਰਨੀ ਆ। ਵੀਰੇ ਮੇਰੀ ਸਹੇਲੀ ਦਾ ਵਿਆਹ ਤੇ ਮੈਂ ਸੂਟ ਲੈਣਾ। ਲੈ ਆ ਗੱਲ ਸੀ ਬਸ, ਲੈ ਲਈ ਸੂਟ ਵੀ ਕੋਈ ਨਾ। ਲੈ ਕਹਿੰਦੇ ਲੈ ਲਈ, ਹੁਣੇ ਲੈ ਕੇ ਆਉਣਾ ਮੈਂ। ਉਹ ਚੱਲ ਫਿਰ ਪਰਸੋਂ ਨੂੰ ਚੱਲਦੇ ਆਪਾਂ। ਮੰਮੀ ਦੇਖ ਲਓ ਤੁਸੀਂ, ਗੱਲ ਸੁਣ ਲੈ ਕੁੜੀਏ ਮੇਰੀ, ਤੇਰੀ ਅਲਮਾਰੀ ਭਰੀ ਪਈ ਆ ਸੂਟਾਂ ਨਾਲ, ਐਵੇਂ ਨਹੀਂ ਸੂਟਾਂ 'ਤੇ ਵਾਧੂ ਖਰਚਾ ਕਰਨਾ ਹੈਗਾ। ਓਏ ਮੰਮੀ ਕੋਈ ਗੱਲ ਨਹੀਂ, ਚੱਲ ਪ੍ਰੀਤ ਆਪਾਂ ਐਂ ਕਰਦੇ ਹਾਂ, ਪਰਸੋਂ ਨੂੰ ਚੱਲੀਏ ਫਿਰ। ਤੂੰ ਐਵੇਂ ਕਰ ਫਿਰ, ਜੇ ਤੈਨੇ ਅੱਜ ਲੈਣਾ ਤੂੰ ਮੰਮੀ ਨਾਲ ਵਗ ਜੀ। ਨਾ ਨਾ ਨਾ, ਮੰਮੀ ਨਾਲ ਨਹੀਂ ਮੈਂ ਜਾਂਦੀ। ਬੜੀ ਚਲਾਕ ਹੈ ਨੀ ਕੁੜੀਏ ਤੂੰ ਤਾਂ, ਇਹਨੂੰ ਐਂ ਹੈਗਾ ਵੀ ਮੰਮੀ ਤਾਂ ਦਬਾਊਗੀ ਹਿਸਾਬ ਨਾਲ ਸੂਟ, ਵੀਰੇ ਤੂੰ ਜਿਹਾ ਜਿਹਾ ਮਰਜ਼ੀ ਲੈ ਲਾ ਹੈ। ਤਾਂ ਹੀ ਤਾਂ ਵੀਰੇ ਨੂੰ ਕਿਹਾ, ਵੀਰੇ ਤੁਸੀਂ ਦਵਾ ਕੇ ਲੈ ਕੇ ਆਉਂਗੇ। ਚੱਲ ਜੇ ਤੈਨੇ ਅੱਜ ਲੈਣਾ ਸੂਟ ਆਪਾਂ ਸ਼ਾਮ ਨੂੰ ਚੱਲਦੇ। ਠੀਕ ਆ, ਮੇਰੀ ਗੱਲ ਸੁਣ ਲੈ ਕੁੜੀਏ, ਸੂਟਾਂ 'ਤੇ ਬਾਹਲਾ ਖਰਚ ਨਹੀਂ ਕਰੀਦਾ ਹੁੰਦਾ, ਪੜ੍ਹ ਵੀ ਲਿਆ ਕਰ ਮਨ ਲਾ ਕੇ। ਮੰਮੀ ਮੈਂ ਬਹੁਤ ਪੜ੍ਹਦੀ ਹਾਂ, ਸਾਰਿਆਂ ਨਾਲੋਂ ਮੇਰੇ ਜ਼ਿਆਦਾ ਨੰਬਰ ਆਉਂਦੇ ਨੇ ਪਤਾ। ਪ੍ਰੀਤ ਮੇਰੀ ਗੱਲ ਸੁਣ, ਆਹ ਸੂਟ ਦੀ ਨਾ ਕੋਈ ਗੱਲ ਨਹੀਂ, ਮੈਂ ਤੈਨੂੰ ਦਵਾ ਦਿੰਦਾ, ਮਨ ਲਾ ਕੇ ਪੜ੍ਹਿਆ ਕਰ। ਆਹ ਪਿੰਡ ਵਾਲਿਆਂ ਨੂੰ ਨਾ ਪਤਾ ਲੱਗ ਜੇ ਵੀ ਸਾਡੀ ਕੁੜੀ ਪੜ੍ਹਦੀ ਆ, ਤੇਰੀ ਪੜ੍ਹਾਈ ਦੇ ਚਰਚੇ ਹੋਣੇ ਚਾਹੀਦੇ। ਕੋਈ ਨਹੀਂ ਵੀਰੇ, ਇਸ ਵਾਰ ਵੀ ਤੁਸੀਂ ਦੇਖਿਓ ਸਭ ਤੋਂ ਜ਼ਿਆਦਾ ਨੰਬਰ ਮੇਰੇ ਹੀ ਆਉਣਗੇ। ਹਾਂ ਤਾਂ ਮੈਨੂੰ ਮੇਰੀ ਭੈਣ ਦਾ ਪਤਾ ਆ। ਚੱਲ ਆ ਜਾ ਚੱਲੀਏ, ਗੱਲਾਂ 'ਚ ਨਾ ਲੱਗਿਆ ਕਰੋ, ਦੇ ਲੈ ਹੁਣ ਨਹੀਂ ਲੇਟ ਹੁੰਦੀ ਤੂੰ, ਜਾ ਹੋ ਹੀ ਜਾਂਦੀ ਹੈ। ਠੀਕ ਆ ਮੰਮੀ, ਬਾਏ। ਆ ਗਿਆ ਸੈਂਟੀ? ਹਾਂ ਮੰਮੀ। ਚੱਲ ਬੈਠ, ਤੂੰ ਮੈਂ ਤੈਨੂੰ ਨਾ ਪਾਣੀ ਲਿਆ ਕੇ ਦਿੰਦੀ। ਮੰਮੀ ਪਾਣੀ ਨੂੰ ਰਹਿਣ ਦੇ, ਤੂੰ ਰਿਹਾ, ਮੈਂ ਤੇਰੇ ਨਾਲ ਗੱਲ ਕਰਨੀ ਇੱਕ। ਹੁਣ ਤਾਂ ਇਹੀ ਜੀ ਕਿਹੜੀ ਗੱਲ ਕਰਨੀ ਮੇਰੇ ਨਾਲ? ਉਹ ਬੈਠ ਤਾਂ ਜਾ। ਚੱਲ ਉਹ ਕੋਈ ਨਾ, ਲਿਆ ਲਈ ਪਾਥੀਆਂ ਮੰਮੀ। ਹਾਂ ਦੱਸ ਕੀ ਕਹਿਣਾ। ਮੰਮੀ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ, ਆ ਹੁਣ ਪ੍ਰੀਤ ਦੀ ਸਹੇਲੀ ਦਾ ਵਿਆਹ ਆ, ਉਹ ਵੀ ਤਾਂ ਪ੍ਰੀਤ ਦੀ ਉਮਰ ਦੀ ਹੋਊਗੀ, ਹੁਣ ਆਪਾਂ ਨੂੰ ਵੀ ਨਾ ਪ੍ਰੀਤ ਦੇ ਵਿਆਹ ਬਾਰੇ ਸੋਚਣਾ ਚਾਹੀਦਾ। ਸੈਂਟੀ ਪਤਾ ਮੈਂ ਵੀ ਤੇਰੇ ਨਾਲ ਆਹੀ ਗੱਲ ਕਰਨੀ ਸੀ। ਦੇਖ 6 ਮਹੀਨਿਆਂ ਨੂੰ ਇਹਦੇ ਪੇਪਰ ਹੋ ਜਾਣਗੇ, ਇਹਦੀ ਪੜ੍ਹਾਈ ਪੂਰੀ ਹੋਜੂ, ਰਿਸ਼ਤਾ ਤਾਂ ਆਪਾਂ ਨੇ ਕਰਨਾ ਹੀ ਹੈ। ਮੈਂ ਹੀ ਕਹਿੰਦੀ ਸੀ ਵੀ ਤੂੰ ਵੀ ਇਹਦੇ ਵਾਸਤੇ ਕੋਈ ਠਿਕਾਣਾ ਦੇਖ ਲੈ ਚੰਗਾ। ਇਹਦਾ ਪਤਾ ਹੀ ਨਹੀਂ ਲੱਗਿਆ ਮੰਮੀ ਕਦੋਂ ਐਡੀ ਵੱਡੀ ਹੋ ਗਈ, ਇਹਦੇ ਬਿਨਾਂ ਤਾਂ ਆਪਣੇ ਘਰ 'ਚ ਰੌਣਕ ਹੀ ਨਹੀਂ ਰਹਿਣੀ ਹੈਗੀ। ਲੈ ਹੈ ਕਮਲਾ, ਕੋਈ ਨਾ ਪੁੱਤ, ਧੀਆਂ ਨੇ ਤਾਂ ਆਪਦੇ ਘਰੇ ਜਾਣਾ ਹੀ ਹੁੰਦਾ, ਅੱਜ ਨਹੀਂ ਤਾਂ ਕੱਲ੍ਹ। ਨਾਲੇ ਨਾ ਤੂੰ ਐਂ ਕਰੀ, ਆਪਣੇ ਪਿੰਡ ਦੇ ਸਰਪੰਚ ਕੋਲ ਜਾ ਕੇ ਆਈ, ਉਹਨੂੰ ਕਹੀਂ ਉਹ ਕੋਈ ਵਧੀਆ ਠਿਕਾਣਾ ਭਾਲ ਕੇ ਰਿਸ਼ਤਾ ਕਰਾ ਦੂਗਾ। ਉਹ ਹਾਂ ਮੰਮੀ, ਮੈਂ ਅੱਜ ਕੱਲ੍ਹ 'ਚ ਕਰਦਾ ਉਹਨਾਂ ਨਾਲ ਗੱਲ, ਮੈਂ ਮੇਰੀ ਭੈਣ ਨੂੰ ਨਾ ਰੁਲਣ ਨਹੀਂ ਦਿੰਦਾ, ਮੈਂ ਮੇਰੀ ਭੈਣ ਦਾ ਵਿਆਹ ਇੱਕ ਵੱਡੇ ਘਰ 'ਚ ਕਰੂੰਗਾ। ਪੁੱਤ ਵੱਡੇ ਘਰ ਦੀ ਬਜਾਏ ਨਾ ਤੂੰ ਜੀ ਚੰਗੇ ਭਾਣੀ, ਜਿੱਥੇ ਇਹਨੂੰ ਪਿਆਰ ਸਤਿਕਾਰ ਆਦਰ ਮਿਲੇ, ਤਾਂ ਇਹ ਆਪਦੀ ਭੈਣ ਬੜੇ ਪਿਆਰ ਨਾਲ ਰੱਖੀ ਹੈ ਨਾ। ਨਾਲੇ ਪੁੱਤ ਵੱਡੇ ਪਰਿਵਾਰ ਵਾਲੇ ਹੁੰਦੇ ਨੇ ਜਿਹੜੇ, ਉਹ ਜਵਾਕ ਦਾ ਮਾਨ ਆਦਰ ਵਧੀਆ ਕਰਦੇ ਨੇ। ਓਏ ਮੰਮੀ ਕੁਛ ਨਹੀਂ ਹੁੰਦਾ, ਮੈਨੂੰ ਸਾਰਾ ਪਤਾ ਆ, ਤੂੰ ਐਵੇਂ ਨਾ ਸੋਚੀ ਜਾ।
ਭਾਵੇਂ ਮੇਰੇ ਸਿਰ ਕਰਜ਼ਾ ਕਿਉਂ ਨਾ ਹੋ ਜੇ, ਮੈਂ ਤਾਂ ਮੇਰੀ ਭੈਣ ਦਾ ਵਿਆਹ ਵਧੀਆ ਕਰੂੰਗਾ। ਚੱਲ ਭਾਈ ਮਰਜ਼ੀ ਹੈ ਤੇਰੀ, ਅੱਗੇ ਤੂੰ ਆਪ ਸਿਆਣਾ ਹੈਗਾ। ਚੱਲ ਹੁਣ ਮੈਨੂੰ ਮੈਂ ਕੰਮ ਜੇ ਨਿਬੇੜ ਲਾਂ, ਉਹ ਫਿਰ ਪ੍ਰੀਤ ਨਾਲ ਨਾ ਬਾਜ਼ਾਰ ਵੀ ਜਾਣਾ ਪਊ ਮੈਨੂੰ। ਜਾ ਕਰ ਲੈ ਚੰਗਾ, ਮੈਂ ਵੀ ਪਾਥੀਆਂ ਲਿਆਉਣੀਆਂ ਦੁੱਧ ਦਾ ਧਰਦੀਆਂ ਦਿੱਤਾ। ਚੱਲ ਛੇਤੀ ਆ ਜੀ। ਚੰਗਾ ਜੀ, ਕੀ ਹੋਇਆ, ਕੋਈ ਪ੍ਰੋਬਲਮ ਹੈ? ਮੈਂ ਛੱਡਿਆ ਹੋਣਾ ਤੁਹਾਨੂੰ। ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਨੀ, ਤੁਸੀਂ ਸਮਝਦੇ ਕਿਉਂ ਨਹੀਂ? ਉਹ ਯਾਰ ਮੈਨੂੰ ਪਤਾ ਹੈਗਾ ਵੀ ਤੂੰ ਮੇਰੇ ਨਾਲ ਨਹੀਂ ਗੱਲ ਕਰਨੀ, ਮੈਂ ਤਾਂ ਵੈਸੇ ਹੀ ਪੁੱਛਿਆ, ਤੁਸੀਂ ਬਹੁਤ ਟਾਈਮ ਦੇ ਖੜੇ ਹੋ ਰਹੇ। ਮੇਰੇ ਨਾਲ ਨਾ ਆ ਗੱਲ ਕਰਨ ਦੇ ਬਹਾਨੇ 'ਚ ਨਾ ਲੱਭੋ, ਮੈਂ ਤੁਹਾਡੀਆਂ ਗੱਲਾਂ 'ਚ ਨਹੀਂ ਆਉਣ ਵਾਲੀ। ਉਹ ਤਾਂ ਮੈਨੂੰ ਵੀ ਪਤਾ ਯਾਰ ਵੀ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ, ਪਰ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਕੀ? ਜੇ ਮੈਂ ਤੁਹਾਡੇ ਘਰ ਆਪਣਾ ਰਿਸ਼ਤਾ ਭੇਜਦਾ ਤੁਸੀਂ ਹਾਂ ਕਰੋਗੇ? ਕੋਈ ਨਹੀਂ, ਸੋਚ ਲਾਂਗੇ। ਦੱਸ ਤਾਂ ਸਕਦੇ ਹੋ ਯਾਰ? ਮੈਨੂੰ ਨਹੀਂ ਪਤਾ, ਘਰਦਿਆਂ ਨੂੰ ਪਤਾ ਮੇਰਿਆਂ ਨੂੰ। ਯਾਰ ਘੱਟੋ ਘੱਟ ਘਰੇ ਸਿਫਾਰਿਸ਼ ਕਰ ਦਿਓ। ਹਾਂ ਕੋਈ ਨਹੀਂ, ਇੱਕ ਵਾਰ ਕਹਿ ਦੂੰਗੀ। ਕਹਿਣਾ ਕੀ ਹੈਗਾ, ਮਨਾ ਲਿਓ ਤੁਸੀਂ ਘਰਦਿਆਂ ਨੂੰ, ਤੁਸੀਂ ਨਾ ਮੈਨੂੰ ਬੁਲਾਇਆ ਨਾ ਕਰੋ। ਚੱਲ ਠੀਕ ਹੈ ਯਾਰ, ਤੇਰੇ 'ਚ ਤਾਂ ਆਕੜੀ ਬਹੁਤ ਹੈ, ਤੂੰ ਜਾ ਇੱਥੋਂ। ਕੋਈ ਕੰਨ ਖਾਣ ਲੱਗ ਗਿਆ ਇੱਥੇ ਬਹਿ ਕੇ। ਸਾਡੇ ਜੀਰੀ ਠੀਕ ਹੈ ਪੁੱਤਰ ਨੀ? ਹਾਂ ਜੀਰੀ ਮੰਮੀ ਬਹੁਤ ਵਧੀਆ। ਰੇਰੂ ਪਾਤਾ? ਹਾਂ ਹਾਂ, ਤੂੰ ਕਾਹਤੋਂ ਟੈਨਸ਼ਨ ਲੈਂਦੀ ਆ, ਉਹ ਤਾਂ ਮੈਂ ਕਰਨਾ ਜੋ ਕਰਨਾ। ਬੈਠੇ ਰਹੋ ਤੁਸੀਂ ਇੱਥੇ ਆਰਾਮ ਨਾਲ, ਮੈਂ ਐਡੀ ਦੂਰੋਂ ਤੁਰ ਕੇ ਆਈ ਹਾਂ ਗਰਮੀ 'ਚ। ਦੇਖ ਲਾ ਤੂੰ ਫੋਨ ਨਹੀਂ ਕਰ ਸਕਦੀ ਦੀ। 100 ਫੋਨ ਕਰਤਾ ਤੁਹਾਨੂੰ, ਜੇ ਚੱਕੋ ਤਾਂ ਹੀ ਆ। ਲੱਗਦਾ ਨਾ ਮੈਨੂੰ ਇਹ ਫੇਰ ਖਰਾਬ ਹੋ ਗਿਆ। ਕਿੰਨੇ ਵਾਰੀ ਕਹਿਤਾ ਵੀਰੇ ਤੁਹਾਨੂੰ, ਨਵਾਂ ਫੋਨ ਲੈ ਲਓ। ਹਾਂ ਕਹਿਤਾ ਮੰਮੀ ਚਾ ਕਿ ਨਵਾਂ ਫੋਨ ਲੈ ਲੈ, ਤੈਨੂੰ ਐਂ ਪਤਾ ਪਹਿਲਾਂ ਖਰਚਾ ਤੂੰ ਕਿੰਨਾ ਕਰਾਉਂਦੀ ਆ, ਕਦੇ ਮੈਨੂੰ ਸੂਟ ਦਵਾ ਦੇ, ਕਦੇ ਮੈਨੂੰ ਬੂਟ ਦਵਾ ਦੇ, ਕਦੇ ਕਿਤਾਬ, ਕਦੇ ਫੀਸ, ਕਦੇ ਸੈਂਡਲ, ਕਦੇ ਸਲੀਪਰ, ਤੇਰੇ ਨਹੀਂ ਪੂਰੇ ਆਉਂਦੇ। ਆਹ ਦੇਖ ਲਓ ਵੀਰੇ ਤੁਸੀਂ, ਮੰਮੀ ਮੈਨੂੰ ਕਿਵੇਂ ਬੋਲੀ ਜਾਂਦੇ ਨੇ, ਮੈਂ ਨਹੀਂ ਲੈਣਾ ਸੂਟ ਸੂਟ, ਬਸ ਨਾ ਹੀ ਮੈਂ ਰੋਟੀ ਖਾਵਾਂ। ਉਹ ਪ੍ਰੀਤ ਤੈਨੂੰ ਮੰਮੀ ਦਾ ਪਤਾ ਹੀ ਆ ਨਾ, ਤੂੰ ਕਿਉਂ ਗੁੱਸਾ ਕਰਦੀ ਆ? ਤੂੰ ਐਵੇਂ ਨਾ ਕਰ, ਰੋਟੀ ਖਾ ਨਾਲੇ ਆਰਾਮ ਕਰ ਲਾ, ਆਪਾਂ ਸ਼ਾਮ ਨੂੰ ਚੱਲਦੇ ਹਾਂ ਤੇਰਾ ਸੂਟ ਲੈਣ। ਚੱਲ ਠੀਕ ਹੈ ਵੀਰੇ, ਜੇ ਤੁਸੀਂ ਕਹਿੰਦੇ ਹੋ ਤਾਂ ਖਾ ਲੂੰਗੀ। ਚੱਲ ਜਾ ਅੰਦਰ। ਮੇਰੀ ਗੱਲ ਸੁਣ ਲੈ ਮੁੰਡਾ, ਤੈਂ ਇਹ ਬਾਲੀ ਸਿਰ ਤੇ ਚੜਾ ਰੱਖੀ ਹੈਗੀ, ਇੰਨਾ ਨਹੀਂ ਚਮਲਾਇਆ ਕਰਦੇ ਕੁੜੀਆਂ ਨੂੰ ਨਾਲੇ। ਓਏ ਮੰਮੀ ਤੂੰ ਕਿਉਂ ਭਖੀ ਰਹਿੰਦੀ ਆ ਹਰ ਟਾਈਮ, ਇੱਕੋ ਇੱਕ ਤਾਂ ਕੁੜੀ ਆ ਆਪਣੇ, ਫਿਰ ਕੀ ਹੋ ਗਿਆ? ਮੈਂ ਮੰਨਦੀ ਹਾਂ ਵੀ ਇੱਕੋ ਇੱਕ ਕੁੜੀ ਹੈ, ਪਰ ਰਾਹ ਸਿਰ ਦਾ ਲਾਡ ਪਿਆਰ ਹੁੰਦਾ ਪੁੱਤ। ਉਹ ਰਾਹ ਸਿਰ ਦਾ ਹੀ ਆ, ਕੁਛ ਨਹੀਂ ਹੁੰਦਾ ਮੰਮੀ, ਤੂੰ ਬਾਲਾ ਨਾ ਬੋਲਿਆ ਕਰ। ਚੰਗਾ ਭਾਈ, ਮੇਰਾ ਤਾਂ ਕੀ ਹੈ, ਤੁਸੀਂ ਚਲਾਓ ਆਪਦੀ ਭੈਣ ਭਾਈ ਮਰਜ਼ੀ ਦੋਏ। ਹੁਣ ਤੂੰ ਮੂੰਹ ਬਣਾ ਕੇ ਬਹਿ ਜਾ। ਕਾਹਨੂੰ ਮੂੰਹ ਬਣਾਉਂਦੀ ਹਾਂ ਮੈਂ, ਜਾ ਵਗ ਜਾ, ਪੁੱਛ ਲੈ ਬਈ ਰੋਟੀ ਲਿਆਵਾਂ ਤੈਨੂੰ, ਭੈਣੇ ਪਾਣੀ ਲਿਆਵਾਂ ਤੈਨੂੰ, ਕਰ ਲੈ ਚਾਪਲੂਸੀ ਜਾ ਕੇ। ਮੰਮੀ ਮੈਂ ਦੇਖ ਲਿਆ ਤੇਰੇ ਨਾਲ ਤਾਂ ਨਾ ਬੈਠਣਾ ਹੀ ਹੋਆ। ਪਹਿਲਾਂ ਉਹ ਕਹਿੰਦੀ ਹੁੰਦੀ ਤੇਰੇ ਨਾਲ ਬੈਠਣਾ ਵਾਲਾ, ਹੁਣ ਤੂੰ ਕਹਿਣ ਲੱਗ ਗਿਆ। ਵੀਰੇ ਕੋਈ ਵਧੀਆ ਜਿਹਾ ਸੂਟ ਦਿਖਾ ਦਿਓ ਪਾਰਟੀ ਵੇਅਰ ਜਾ। ਠੀਕ ਹੈ ਜੀ, ਇੱਕ ਤਾਂ ਹੈਗੀ ਜੀ ਆਈਟਮ ਫੈਂਸੀ ਆਈਟਮ ਹੈ, ਦੇਖ ਕੇ ਨੈਚਰ ਨੂੰ ਕਰੇਬ ਦਾ ਸੂਟ ਹੈ ਨਾਲ ਇਹਦੇ ਫੈਂਸੀ ਦੁਪੱਟਾ। ਹੋਰ ਦੱਸੋ। ਹਾਂਜੀ ਇੱਕ ਇਹ ਆ ਜਾਏਗਾ ਸਪੈਸ਼ਲ ਬਲੈਕ 'ਤੇ,
ਫੁੱਲ ਹੈਵੀ ਸੂਟ ਹੈ ਫਰੰਟ ਨਾਲ ਚਨੂਨ ਦਾ ਦੁਪੱਟਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਇੱਕ ਚੀਜ਼ ਅੱਜ ਗਈ ਜੀ, ਇਹ ਵੀ ਚੀਜ਼ ਬਹੁਤ ਸੋਹਣੀ ਆਈਟਮ ਹੈ ਫਰੰਟ ਸਟਾਈਲ ਦੁਪੱਟਾ। ਆਹ ਵਾਲੇ ਕਲਰ ਤਾਂ ਮੇਰੇ ਕੋਲ ਹੈਗੇ ਨੇ, ਕੋਈ ਹੋਰ ਕਲਰ ਦਿਖਾਓ ਮੈਨੂੰ। ਹੋਰ ਕਿਹੜਾ ਦਿਖਾਈਏ ਜੀ? ਇੱਕ ਤੁਹਾਨੂੰ ਫਿਰ ਇਹ ਚੀਜ਼ ਮਿਲ ਜਾਏਗੀ ਫੈਂਸੀ ਦੁਪੱਟੇ ਨਾਲ, ਇਹ ਫਰੰਟ ਹੋਏਗਾ ਅਤੇ ਨਾਲ ਇਹਦੇ ਫੈਂਸੀ ਦੁਪੱਟਾ ਹੋਏਗਾ। ਇਹ ਵੀ ਆਈਟਮ ਬਹੁਤ ਸ਼ਾਨਦਾਰ ਆਈਟਮ ਹੈ। ਕੀ ਗੱਲ ਆ, ਕੋਈ ਪਸੰਦ ਨਹੀਂ ਆ ਰਿਹਾ? ਨਹੀਂ ਵੀਰੇ, ਇਹੋ ਜਿਹੇ ਤਾਂ ਮੇਰੇ ਕੋਲ ਹੈਗੇ ਨੇ, ਮੈਨੂੰ ਕੋਈ ਹੋਰ ਕਲਰ ਦਿਖਾ ਦਿਓ ਤੁਸੀਂ। ਹੋਰ ਕਿਵੇਂ ਦਿਖਾਵਾਂ ਜੀ? ਉਹ ਗ੍ਰੀਨ ਵਾਲਾ ਦਿਖਾਇਓ। ਇਹ ਲਓ ਜੀ, ਇਹ ਵੀ ਆਈਟਮ ਬਹੁਤ ਸ਼ਾਨਦਾਰ ਆਈਟਮ ਹੈ। ਇਹ ਕਿੰਨੇ ਦਾ? ਇਹ 4550 ਰੁਪਏ ਦਾ ਜੀ। ਨਹੀਂ ਰਹਿਣ ਦਿਓ ਤੁਸੀਂ, ਇੱਦਾਂ ਦਾ ਹੀ ਕੋਈ ਹੋਰ ਦਿਖਾ ਦਿਓ। ਪ੍ਰੀਤ, ਜਦੋਂ ਤੈਨੂੰ ਕੋਈ ਹੋਰ ਪਸੰਦ ਨਹੀਂ ਆ ਰਿਹਾ, ਤੂੰ ਆਹੀ ਲੈ ਲਾ। ਨਹੀਂ ਨਹੀਂ ਵੀਰੇ, ਰਹਿਣ ਦਿਓ, ਇਹ ਨਹੀਂ ਲੈਣਾ, ਕਿੰਨਾ ਤਾਂ ਮਹਿੰਗਾ ਇਹ। ਉਹ ਕੁਛ ਨਹੀਂ ਹੁੰਦਾ ਬਾਈ, ਤੁਸੀਂ ਆਹੀ ਕਰ ਦਿਓ ਯਾਰ। ਠੀਕ ਹੈ ਵੀਰ ਜੀ। ਮੰਮੀ ਕੀ ਕਹੂਗੀ? ਤੂੰ ਕਿਉਂ ਟੈਨਸ਼ਨ ਲੈਣੀ ਆ, ਮੰਮੀ ਨੂੰ ਕਿਹਨੇ ਦੱਸਣਾ? ਲੈ ਮੰਮੀ ਤਾਂ ਮੇਰੇ ਗਾਲਾਂ ਪੈ ਜਾਣਗੀਆਂ, ਨਹੀਂ ਤਾਂ ਨਹੀਂ ਦੱਸਦੇ। ਉਹ ਨਹੀਂ ਦੱਸਦਾ। ਫੇਰ ਠੀਕ, ਫਿਕਰ ਨਾ ਕਰਿਆ ਕਰ, ਆਪਦੇ ਭਰਾ ਹੁੰਦੇ। ਹੋਰ ਵੀਰ ਜੀ, ਬਸ ਇੱਕੋ ਸੂਟ ਲੈਣਾ ਜੀ? ਹਾਂਜੀ। ਲੈ ਆਏ ਸੂਟ? ਹਾਂਜੀ ਮੰਮੀ, ਬਹੁਤ ਵਧੀਆ ਮਿਲ ਗਿਆ। ਦੇਖਾਂ ਉਹ, ਇਹਨੂੰ ਤਾਂ ਬਹੁਤ ਕਾਲੀ ਦੀ ਮੰਮੀ ਵੀ ਟੇਲਰ ਤੇ ਦੇ ਆਵਾਂ। ਕਾਲੀ ਤਾਂ ਹੋਣੀ ਅਸੀਂ, ਸੂਟ ਤਾਂ ਸੋਹਣਾ ਲੈ ਆਈ, ਰੰਗ ਵੀ ਸੋਹਣਾ ਖਰੀਦ ਲਿਆ। ਕਿੰਨੇ ਦਾ ਆਇਆ? 2000 ਦਾ ਕਹਿੰਦੇ ਸੀ ਮੰਮੀ, ਇਸ ਕਰਕੇ 1500 ਦਾ ਲਾਤਾ। ਮੈਨੂੰ ਪਤਾ ਹੈ, ਤੇ ਤਾਂ ਕਦੇ ਮੈਨੂੰ ਸੱਚ ਦੱਸਣਾ ਹੀ ਨਹੀਂ। ਉਹ ਇੰਨੇ ਦਾ ਹੀ ਆਇਆ ਮਾਤਾ। ਬਸ ਬਸ ਕਰਿਆ ਕਰ। ਨਹੀਂ ਮੈਨੂੰ ਪਤਾ, ਤੁਸੀਂ ਦੋਵੇਂ ਭੈਣ ਭਾਈ ਇੱਕ ਗੱਲ ਬਣਾ ਕੇ ਰੱਖਦੇ ਹੋ। ਮਾਤਾ ਇੰਨਾ ਗੁੱਸਾ ਨਾ ਕਰਿਆ ਕਰ, ਵੈਸੇ ਵੀ ਨਾ ਇਹ ਥੋੜੇ ਚਿਰ ਦੀ ਉਹ ਪਰਾਉਣੀ ਆ ਹੁਣ। ਮੈਂ ਕਿਉਂ ਪਰਾਉਣੀ ਆ? ਮੇਰਾ ਘਰ ਆ, ਮੈਂ ਤਾਂ ਇੱਥੇ ਰਹੂੰਗੀ। ਉਹ ਪ੍ਰੀਤਾ, ਅਸੀਂ ਤੈਨੂੰ ਦੱਸਣਾ ਭੁੱਲ ਗਏ, ਤੇਰੇ ਜਾਣ ਪਿੱਛੋਂ ਨਾ ਅਸੀਂ ਮੈਂ ਤੇ ਮੰਮੀ ਨੇ ਸਲਾਹ ਕਰੀ ਆ। ਮੈਂ ਨਹੀਂ ਕਰਾਉਣਾ ਵਿਆਹ ਵਿਓ, ਨਾਲੇ ਵੱਡੇ ਤਾਂ ਤੁਸੀਂ ਹੋ, ਪਹਿਲਾਂ ਤੁਹਾਡਾ ਵਿਆਹ ਹੋਊਗਾ, ਨਾਲੇ 2 ਸਾਲ ਫਿਰ ਮੈਂ ਭਾਬੀ ਕੋਲ ਇੱਥੇ ਰਹਿ ਕੇ ਵੀ ਤਾਂ ਜਾਣਾ, ਫਿਰ ਕਰਾਉਂਗੀ ਵਿਆਹ ਵੀ ਉਹ। ਮੈਂ ਪ੍ਰੀਤ, ਦੇਖ ਐਵੇਂ ਨਹੀਂ ਕਰੀਦਾ ਹੁੰਦਾ, ਪਹਿਲਾਂ ਤਾਂ ਵਿਆਹ ਤੇਰਾ ਹੀ ਹੋਊਗਾ। ਹਾਂ ਪੁੱਤ, ਤੇਰਾ ਵੀਰਾ ਸੱਚ ਕਹਿੰਦਾ, ਵਿਆਹ ਪਹਿਲਾਂ ਤੇਰਾ ਹੀ ਕਰਾਂਗੇ। ਦੇਖ ਤੁਹਾਡਾ ਦੋਨੇ ਭੈਣ ਭਾਈਆਂ ਦਾ ਇੰਨਾ ਪਿਆਰ ਹੈਗਾ, ਹੈ ਨਾ, ਬਗਾਨੀ ਧੀ ਆਊਗੀ ਕੱਲ੍ਹ ਨੂੰ, ਉਦੋਂ ਪਹਿਲਾਂ ਤੂੰ ਵਗ ਜਾਏ ਆਪਦੇ ਘਰੇ। ਮੰਮੀ, ਮੈਂ ਵੀਰੇ ਨੂੰ ਇੰਨਾ ਪਿਆਰ ਕਰਦੀ ਹਾਂ, ਮੈਂ ਭਾਬੀ ਨੂੰ ਵੀ ਪਿਆਰ ਕਰ ਲਿਆ ਕਰੂੰਗੀ, ਨਾਲੇ ਪਤਾ ਮੈਨੂੰ ਵੀਰੇ ਵਿਆਹ ਦਾ ਕਿੰਨਾ ਚਾਹੇਗਾ। ਮੈਨੂੰ ਪਤਾ ਹੈ ਉਹ ਤਾਂ, ਪਰ ਜਿਹੜੇ ਹੁਣ ਖਰਚੇ ਕਰਦੀਆਂ ਨਾ, ਇਹ ਨਹੀਂ ਫਿਰ ਹੋਣੇ ਹੈਗੇ। ਘਰ ਵਾਲੀਆਂ ਨਹੀਂ ਜਰਦੀਆਂ ਹੁੰਦੀਆਂ ਵੀ ਉਹਦੇ ਘਰ ਵਾਲਾ ਕਿਸੇ ਹੋਰ 'ਤੇ ਖਰਚਾ ਕਰੇ। ਨਾਲੇ ਮੇਰੀ ਗੱਲ ਸੁਣ, ਉਹ ਤੇਰੀ ਸੁਣੂਗਾ ਕਿ ਤੇਰੀ ਭਾਬੀ ਦੀ ਸੁਣੂਗਾ? ਵਿੱਚ ਵਿਚਾਲੇ ਫਸ ਜੂ ਤੇਰਾ ਭਰਾ। ਮੰਮੀ ਸੂਟ ਦੀ ਤਾਂ ਗੱਲ ਆ ਗਈ, ਕੋਈ ਨਹੀਂ ਤੁਸੀਂ ਭਾਬੀ ਨੂੰ ਵੀ ਲੈ ਦਿਆ ਕਰਿਓ। ਨਹੀਂ ਮੰਨਦੇ ਹੈਗੇ, ਕਰੋ ਆਪਦੀਆਂ ਮਰਜ਼ੀਆਂ ਫਿਰ। ਕਾਮਲੀ ਦੇਖ ਲਾ, ਗੁੱਸਾ ਹੀ ਕਰ ਗਈ ਤਾਂ। ਕੋਈ ਨਾ,
ਇਹਨਾਂ ਦਾ ਸੁਭਾਅ ਹੀ ਹੁੰਦਾ ਕੁੜੀਆਂ ਦਾ, ਐਦਾਂ ਕਰਦੀਆਂ ਹੀ ਹੁੰਦੀਆਂ ਨੇ। ਹੁਣ ਜੋ ਤੈਨੂੰ ਠੀਕ ਲੱਗੂਗਾ ਕਰਨਾ ਤਾਂ ਉਹੀ ਹੈ ਨਾ। ਚੱਲ ਠੀਕ ਆ ਮੰਮੀ, ਤੂੰ ਵੀ ਬਾਲਾ ਦੇਖ ਕੇ ਬੋਲਿਆ ਕਰ ਮਾੜਾ ਜਿਹਾ ਕੁੜੀ ਨੇ, ਹੁਣ ਮੈਨੂੰ ਮਨਾਉਣੀ ਪਊਗੀ ਜਾ ਕੇ। ਜੇ ਮਨਾ ਲੈ ਕਰ ਲੈ ਚਾਪਲੂਸੀ ਭੈਣ ਦੀ। ਮੈਂ ਤੈਨੂੰ ਇੰਨਾ ਵਧੀਆ ਸੂਟ ਦਵਾ ਕੇ ਲਿਆ, ਤੂੰ ਰੁੱਸ ਕੇ ਉਰੇ ਬਹਿ ਗਈ। ਫਿਰ ਤੁਸੀਂ ਮੰਨਦੇ ਤਾਂ ਹੈ ਨਹੀਂ ਵੀਰੇ ਮੇਰੀ ਗੱਲ, ਸੂਟ ਕੇ ਦਵਾ ਤਾ ਫਿਰ। ਦੇਖ ਪ੍ਰੀਤਾ, ਹੁਣ ਸਾਰੀ ਜ਼ਿੰਮੇਵਾਰੀ ਨਾ ਤੇਰੀ ਮੇਰੇ 'ਤੇ ਆ। ਜੇ ਬਾਪੂ ਜਿਉਂਦਾ ਹੁੰਦਾ ਉਹ ਜਿਵੇਂ ਮਰਜ਼ੀ ਕਰਦਾ, ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਤੀ। ਹੁਣ ਮੈਂ ਆਪਣੇ ਬਾਰੇ ਪਹਿਲਾਂ ਕਿਵੇਂ ਸੋਚ ਸਕਦਾ ਹਾਂ? ਖ਼ਬਰ ਕਿਹੋ ਜਿਹੀ ਆਊਗੀ ਅਗਲੀ, ਤੇਰੇ ਨਾਲ ਲਾਡ ਪਿਆਰ ਕਰਨ ਦਊਗੀ ਕਿ ਨਾ। ਮੰਮੀ ਸਹੀ ਕਹਿੰਦੀ ਆ, ਤੂੰ ਮੰਨ ਜਾ। ਚੱਲ ਕੋਈ ਨਹੀਂ, ਜਿਵੇਂ ਤੁਹਾਨੂੰ ਸਹੀ ਲੱਗਦਾ ਕਰ ਲਓ ਫਿਰ। ਤੂੰ ਫਿਕਰ ਨਾ ਕਰੀ, ਮੈਂ ਤੇਰਾ ਸਾਰਾ ਕੁਛ ਵਧੀਆ ਕਰੂੰਗਾ। ਐਂ ਤਾਂ ਵੀਰੇ ਮੈਨੂੰ ਤੁਹਾਡੇ 'ਤੇ ਵਿਸ਼ਵਾਸ ਆ ਪੂਰਾ, ਤੁਸੀਂ ਮੇਰਾ ਮਾੜਾ ਥੋੜ੍ਹੀ ਕਰੋਗੇ। ਚੱਲ ਹੁਣ ਐਂ ਕਰ, ਪੜ੍ਹਾਈ ਕਰ ਲਾ, ਫਿਰ ਆਪਾਂ ਦੋਵੇਂ ਭੈਣ ਭਾਈ ਇਕੱਠੇ ਰੋਟੀ ਖਾਂਦੇ ਹਾਂ। ਠੀਕ ਆ, ਐਵੇਂ ਨਾ ਟੈਨਸ਼ਨ ਲਿਆ ਕਰ। ਅੱਛਾ ਬਾਈ, ਠੀਕ ਆ ਕੋਈ ਨਾ, ਫਿਰ ਆ ਜਾਓ। ਠੀਕ ਆ, ਘਰੀ ਆ ਜਾਓ। ਠੀਕ ਆ ਜੀ। ਮੰਮੀ ਬੈਠ ਮਾੜਾ ਜਾ। ਬੇ ਕੰਮ ਤਾਂ ਕਰ ਲਿਆ ਕਰਨ ਦੇ, ਮੈਨੂੰ ਬਚਾਈ ਛੜਾ ਦਿੰਦਾ ਹਰੇ ਕਮਹਾ ਦੱਸ। ਆਪਣੀ ਪ੍ਰੀਤ ਵਾਸਤੇ ਨਾ ਇੱਕ ਰਿਸ਼ਤਾ ਆਇਆ। ਅੱਛਾ, ਪੱਕਾ ਸਰਪੰਚ ਨੇ ਦੇਖਿਆ ਹੋਊ? ਉਹ ਸਰਪੰਚ ਨੇ ਕਾਹਨੂੰ ਦੇਖਿਆ, ਮੈਨੂੰ ਹਰਬੰਸ ਨੇ ਦੱਸਿਆ। ਪਰ ਨਾ ਮੇਰੀ ਖੁੱਲ੍ਹ ਕੇ ਜੇ ਗੱਲ ਨਹੀਂ ਹੋਈ। ਉਹ ਮੈਨੂੰ ਕਹਿੰਦਾ ਵੀ ਮੁੰਡੇ ਦਾ ਡੈਡੀ ਤੈਨੂੰ ਮਿਲਣਾ ਚਾਹੁੰਦਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਘਰ ਆ ਜਾਓ, ਨਾਲੇ ਮੁੰਡੇ ਨੂੰ ਲਿਆਇਓ। ਮਾਂ ਵੀ ਮੁੰਡੇ ਤੋਂ ਦੇਖੇ ਬਿਨਾਂ ਗੱਲ ਨਹੀਂ ਬਣਨੀ ਹੈਗੀ। ਚੱਲ ਫਿਰ ਕੋਈ ਨਾ, ਆਪਾਂ ਤਿਆਰੀ ਵਾਰੀ ਤਾਂ ਕਰੀਏ। ਉਹ ਮੰਮੀ ਹਾਲੇ ਤਾਂ ਉਹ ਬਸ ਦੇਖਣ ਆਉਣਗੇ, ਪੱਕ ਠੱਕ ਤਾਂ ਉਹ ਬਾਅਦ 'ਚ ਕਰਨ ਆਉਣਗੇ ਆਪਣੇ ਨਾਲ। ਓਹੋ, ਚਾਹੇ ਦੇਖਣੇ ਆਉਣਗੇ ਪਰ ਫਿਰ ਵੀ ਸੇਵਾ ਪਾਣੀ ਤਾਂ ਕਰਨਾ ਹੀ ਪਊ ਨਾ। ਚੱਲ ਫਿਰ ਮੈਨੂੰ ਦੱਸ ਕੀ ਲੈ ਕੇ ਆਵਾਂ, ਨਾਲੇ ਪ੍ਰੀਤ ਨੂੰ ਵੀ ਪੁੱਛ ਲੈ ਜੇ ਕੁਛ ਚਾਹੀਦਾ ਹੈ ਉਹਨੂੰ। ਲੈ, ਪ੍ਰੀਤ ਨੂੰ ਕੀ ਚਾਹੀਦਾ ਹੋਣਾ, ਹੁਣ ਉਹਦੇ ਕੋਲ ਸਾਰਾ ਕੁਛ ਹੈਗਾ। ਬਸ ਤੂੰ ਨਾ ਆਹ ਚਾਹ ਪਾਣੀ ਵਾਲਾ ਸਮਾਨ ਲਿਆ, ਮੈਂ ਮਾੜਾ ਜਿਹਾ ਕਰ ਲੈਂਦੀ ਹਾਂ ਹੇਠਾਂ ਚੱਕਰ ਧਰ ਜੀ। ਚੱਲ ਠੀਕ ਆ, ਤੁਸੀਂ ਆਹ ਸਾਫ਼ ਸਫਾਈ ਕਰ ਲਿਓ, ਮੈਂ ਸਮਾਨ ਲਿਆਵਾਂ। ਆਹੋ, ਨਾਲੇ ਉਹ ਪ੍ਰੀਤ ਨੂੰ ਦੱਸ ਦੀ। ਕੋਈ ਨਾ, ਦੱਸ ਦਿੰਦੀ ਹਾਂ। ਹਾਂ ਚੱਲ, ਆਹ ਤਾਂ ਵਧੀਆ ਹੋਇਆ, ਇੱਕ ਤਾਂ ਟੈਨਸ਼ਨ ਲੱਥੀ ਹੌਲੀ ਹੌਲੀ ਭਾਰ ਲੈ ਜੂਗਾ ਸਿਰ ਤੋਂ। ਚੱਲ ਪ੍ਰੀਤ, ਨੀ ਪ੍ਰੀਤ, ਇਹ ਕਿਹੜਾ ਸੁਣਦੀ ਹੈਗੀ? ਹਾਂਜੀ, ਤੂੰ ਐਂ ਕਰ ਪੁੱਤ, ਮੁੰਡੇ ਵਾਲਿਆਂ ਨੂੰ ਤੈਨੂੰ ਦੇਖਣ ਆਉਣਾ ਹੈਗਾ, ਤੂੰ ਕਾਲਜ ਨਾ ਜਾਈ ਅੱਜ, ਚੰਗਾ? ਮੰਮੀ ਤੁਸੀਂ ਬਾਲੇ ਕਾਲੇ ਪੈ ਗਏ ਸੱਚੀ, ਮੇਰੇ ਪੇਪਰ ਤਾਂ ਹੋ ਜਾਣ ਦੋ। ਓਹੋ ਨਹੀਂ, ਉਹ ਹਲੇ ਗੱਲਬਾਤ ਹੀ ਕਰਨ ਆਉਣਗੇ, ਚੁੱਪ ਕਰਕੇ ਬੈਠੀ ਨਹੀਂ, ਸਮਝ ਗਈ? ਬਾਲਾ ਨਾ ਬੋਲੀ ਉਹਨਾਂ ਮੂਹਰੇ, ਮੈਨੂੰ ਪਤਾ ਤੂੰ ਬੋਲਦੀ ਬਹੁਤ ਹੈ। ਨਹੀਂ ਬੋਲਦੀ, ਕੋਈ ਨਹੀਂ, ਨਾਲੇ ਨਾ ਜੋ ਵੀ ਤੇਰਾ ਵੀਰਾ ਕਰੂਗਾ ਉਹ ਠੀਕ ਹੀ ਕਰੂਗਾ, ਸਮਝ ਗਈ? ਉਹੀ ਨਾ ਉੱਥੇ ਬੈਠੀ ਨਖਰੇ ਕਰੀ ਜਾਈ, ਇਹ ਨਹੀਂ ਠੀਕ, ਉਹ ਨਹੀਂ ਠੀਕ, ਇਹਦਾ ਰੰਗ ਨਹੀਂ ਠੀਕ। ਤੁਹਾਨੂੰ ਲੱਗਦਾ ਮੈਂ ਆਪਦੇ ਵੀਰੇ ਦੇ ਖਿਲਾਫ ਜਾਊਂਗੀ? ਚੱਲ ਠੀਕ ਹੈ, ਕੋਈ ਨਾ, ਮੇਰੇ ਨਾਲ ਕੰਮ ਕਰਾ ਦੇ, ਅੱਜ ਆਪਾਂ ਸਫਾਈ ਸਫੂਈ ਕਰ ਲਈਏ ਮਾੜੀ ਮੋਟੀ। ਕੋਈ ਨਾ, ਕਰਾ ਦਿੰਦੀ, ਮਗਰ ਪੈ ਗਏ ਮੰਮੀ ਸੱਚੇ ਤੁਸੀਂ ਮੇਰੇ ਤਾਂ। ਨਹੀਂ, ਜਿਹੜਾ ਕੰਮ ਵੇਲੇ ਸਿਰ ਨਿਬੜ ਜੇ ਨਾ ਉਹ ਵਧੀਆ ਹੁੰਦਾ ਹੈਗਾ, ਧੀਆਂ ਤਾਂ ਟਾਈਮ ਸਿਰ ਹੀ ਆਪਦੇ ਘਰੇ ਜਾਣ। ਮੈਂ ਕੀ ਬੁੱਢੀ ਹੋ ਜਾਂਦੀ ਹਾਂ ਮੰਮੀ? ਨਹੀਂ ਬੁੱਢੀ ਤਾਂ ਤੈਥੋਂ ਕਿਸੇ ਨੇ ਕਰਾਉਣਾ ਕੀ ਹੈ, ਉਮਰ ਸਿਰ ਜਾਂਦੀਆਂ ਹੁੰਦੀਆਂ ਨੇ ਕੁੜੀਆਂ ਘਰੇ। ਚਲੋ ਕਰਾਵਾਂ ਤੁਹਾਡੇ ਨਾਲ ਕੰਮ, ਚੱਲੋ ਹੁਣ ਆ ਜਾ।
ਹੋਰ ਅੰਕਲ ਜੀ, ਤੁਸੀਂ ਹੋ ਅਮਨ ਦੇ ਫਾਦਰ ਜੀ? ਹਾਂਜੀ, ਦੱਸਿਆ ਹੁਣ ਹਰਬੰਸ ਨੇ ਵੀ ਅਸੀਂ ਆ ਰਹੇ ਹਾਂ। ਪਹਿਲਾਂ ਤਾਂ ਮੈਂ ਇਕੱਲੇ ਆ ਰਿਹਾ ਸੀ, ਫਿਰ ਤੁਸੀਂ ਕਿਹਾ ਮੁੰਡੇ ਨੂੰ ਨਾਲ ਲੈ ਕੇ ਆਇਓ, ਮੈਨੂੰ ਵੀ ਨਾਲੇ ਲਿਆਇਆ ਫਿਰ। ਚਲੋ ਠੀਕ ਹੈ ਜੀ। ਅਮਨ ਤੁਸੀਂ ਕੀ ਕੰਮ ਕਰਦੇ ਹੋ ਬਾਈ? ਮੈਂ ਬਾਈ ਜੀ ਪ੍ਰਾਈਵੇਟ ਬੈਂਕ 'ਚ ਕਲਰਕ ਲੱਗਿਆ ਹੋਇਆ। ਅਤੇ ਜ਼ਮੀਨ ਕਿੰਨੀ ਕੁ ਆਉਂਦੀ ਆ? ਜ਼ਮੀਨ ਤਾਂ ਵੀਰੇ 2 ਕਿੱਲੇ। ਹੋਰ ਅੰਕਲ ਜੀ ਤੁਹਾਡਾ ਕੋਈ ਕਾਰੋਬਾਰ? ਨਾ ਪੁੱਤ, ਹੋਰ ਤਾਂ ਕੋਈ ਕਾਰੋਬਾਰ ਨਹੀਂ, ਬਸ ਖੇਤੀਬਾੜੀ ਹੋ। ਦੇਖੋ ਅੰਕਲ ਜੀ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਮੇਰੀ ਭੈਣ ਮੈਨੂੰ ਬਹੁਤ ਲਾਡਲੀ ਆ, ਮੈਂ ਬਹੁਤ ਪੜ੍ਹਾਇਆ ਉਹਨੂੰ, ਮੈਂ ਉਹਦਾ ਵਿਆਹ ਚੰਗੇ ਪਰਿਵਾਰ 'ਚ ਕਰਨਾ ਚਾਹੁੰਦਾ ਜਿੱਥੇ ਉਹਨੂੰ ਕੋਈ ਕਮੀ ਨਾ ਹੋਵੇ। ਚਲੋ ਠੀਕ ਹੈ ਜੀ, ਅਸੀਂ ਚੱਲਦੇ ਹਾਂ। ਚਾਹ ਪਾਣੀ ਪੀ ਕੇ ਜਾਇਓ ਜੀ, ਤੁਸੀਂ ਸਾਡੇ ਘਰ ਆਏ ਹੋ। ਨਾ ਜੀ, ਚਾਹ ਦੀ ਤਾਂ ਕੋਈ ਲੋੜ ਨਹੀਂ, ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਭਾਵੇਂ ਅਸੀਂ ਸੌਖੇ ਹਾਂ ਭਾਵੇਂ ਔਖੇ ਹਾਂ, ਪਰ ਮੇਰਾ ਪੁੱਤ ਬਹੁਤ ਮਿਹਨਤੀ ਆ, ਔਰ ਜਿਹੜੇ ਮਿਹਨਤਾਂ ਕਰਦੇ ਨੇ ਨਾ ਉਹ ਤਰੱਕੀਆਂ ਜ਼ਰੂਰ ਕਰਦੇ ਨੇ। ਹੀਰੇ ਵਰਗਾ ਪੁੱਤਾ ਮੇਰਾ, ਤੁਸੀਂ ਹੀਰੇ ਨੂੰ ਠੋਕਰ ਮਾਰੀ ਆ। ਦੇਖੋ ਜੀ, ਮੈਂ 15-20 ਹਜ਼ਾਰ ਵਾਲੇ ਕਲਰਕ ਨਾਲ ਆਪਣੀ ਭੈਣ ਦਾ ਰਿਸ਼ਤਾ ਨਹੀਂ ਕਰ ਸਕਦਾ। ਕਾਕਾ ਜੀ ਫਿਰ ਸਾਨੂੰ ਪਹਿਲਾਂ ਹੀ ਦੱਸ ਦਿੰਦੇ, ਉਰੇ ਬੁਲਾ ਕੇ ਬੇਇੱਜ਼ਤੀ ਜ਼ਰੂਰ ਕਰਨੀ ਸੀ। ਚੱਲ ਬਾਪੂ ਚੱਲੀਏ। ਚੱਲ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ। ਠੀਕ ਤਾਂ ਹੈਗਾ ਸੀ ਚੰਗਾ ਭਲਾ, ਹੋਰ ਤੈਨੂੰ ਕੀ ਚਾਹੀਦਾ, ਬੜਾ ਲਾਲਚ ਨਹੀਂ ਕਰੀਦਾ ਹੁੰਦਾ। ਉਹ ਮੈਂ ਲਾਲਚ ਨਹੀਂ ਕਰਦਾ ਮੰਮੀ, ਬਥੇਰੇ ਰਿਸ਼ਤੇ ਆਉਣਗੇ, ਮੈਂ ਆਪਣੀ ਭੈਣ ਦਾ ਵਿਆਹ ਵਧੀਆ ਪਰਿਵਾਰ 'ਚ ਕਰਨਾ ਚਾਹੁੰਦਾ, ਕੁਛ ਨਹੀਂ ਹੁੰਦਾ, ਹੋਰ ਦੇਖ ਲਾਂਗੇ ਕੋਈ। ਚੱਲ ਮਰਜ਼ੀ ਹੈ ਤੇਰੀ ਭਾਈ।